ਸਤ ਸ੍ਰੀ ਅਕਾਲ ਦੋਸਤੋ ਡਾਰਕ ਸੱਚ ਟੀਵੀ ਤੇ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਜਿਹੜੀ ਗੱਲ ਕਰਨ ਲੱਗੇ ਆ ਨਾ ਆ ਜਿਹੜੀ ਕੱਲ ਦੀ ਇੱਕ ਖਬਰ ਚੱਲ ਰਹੀ ਆ ਨਾ ਸ਼੍ਰੀ ਦਰਬਾਰ ਸਾਹਿਬ ਵਾਲੀ ਇੱਕ ਹਰਿਆਣੇ ਵਾਲੀ ਕੁੜੀ ਦੀ ਤੇ ਨੈਸ਼ਨਲ ਮੀਡੀਆ ਨੇ ਜਿਹੜਾ ਸਿੱਖ ਕੌਮ ਨੂੰ ਇਸ ਨੂੰ ਟਾਰਗੇਟ ਬਣਾ ਕੇ ਭੰਡਿਆ ਨਾ ਉਹ ਕਿਸੇ ਤੋਂ ਲੁਕਿਆ ਨਹੀਂ ਆ ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਕੋਈ ਕਹਿ ਰਿਹਾ ਆ ਕਿ ਜਿਹੜਾ ਪੰਜਾਬ ਆ ਉਹ ਜੀ ਇਹ ਹਿੱਸਾ ਨਹੀਂ ਮੰਨਦੇ ਇੰਡੀਆ ਦਾ ਫਲਾਣਾ ਟੇਉਂ ਕਾ ਇਹਨਾਂ ਨੂੰ ਆ ਰਾਸ਼ਟਰ ਦਾ ਨਹੀਂ ਪਤਾ ਇਹਨਾਂ ਨੂੰ ਸਨਮਾਨ ਨਹੀਂ ਹੈਗਾ ਤਿਰੰਗੇ ਦਾ ਸਾਨੂੰ ਤੁਸੀਂ ਦੱਸੋਗੇ ਕਿ ਤਿਰੰਗੇ ਦਾ ਸਨਮਾਨ ਕਿਵੇਂ ਕਰਨਾ ਜਦੋਂ ਦੇਸ਼ ਲਈ ਕੁਰਬਾਨੀਆਂ ਹੋਈਆਂ ਸੀ ਨਾ ਤੇ 90% ਕੁਰਬਾਨੀਆਂ ਪੰਜਾਬੀਆਂ ਦੀਆਂ ਸੀ ਉਹਦੇ ਵਿੱਚ ਪਹਿਲਾਂ ਖਬਰ ਦੀ ਜਾਂਚ ਪੜਤਾਲ ਕਰ ਲਿਆ ਕਰੋ ਕਿ ਗੱਲ ਹੈ ਕੀ ਆ ਪਹਿਲਾ ਤੁਸੀਂ ਉਹ ਦੇਖੋ ਕਿ ਵੀਡੀਓ ਹੈ ਕੀ ਸੀ ਜਿਹੜਾ ਉਸ ਸੇਵਾਦਾਰ ਨੇ ਰੋਕਿਆ ਸੀ ਨਾ ਉਹ ਕੁੜੀ ਦੇ ਕੈਪਰੀ ਪਾਈ ਹੋਈ ਸੀ ਤੇ ਕੈਪਰੀ ਪਾ ਕੇ ਜਿਹੜੇ ਧਾਰਮਿਕ ਸਥਾਨ ਉੱਥੇ ਜਾਂਦੀ ਆਗਿਆ ਨਹੀਂ ਹੁੰਦੀ ਇਹ ਤੁਹਾਨੂੰ ਵੀ ਪਤਾ ਕਿ ਇਹ ਮਰਿਆਦਾ ਸ਼੍ਰੀ ਦਰਬਾਰ ਸਾਹਿਬ ਦੀ ਆ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਜਦੋਂ ਸਰਦਾਰ ਜੀ ਨੇ ਉਹਨੂੰ ਰੋਕਿਆ ਉਸ ਸੇਵਾਦਾਰ ਨੇ ਰੋਕਿਆ ਨਾ ਉਸ ਟਾਈਮ ਕੁੜੀ ਦੇ ਕੋਈ ਤਰੰਗਾ ਨਹੀਂ ਸੀ ਬਣਿਆ ਹੋਇਆ ਗੱਲਾਂ ਤੇ ਆ ਵੇਖ ਸਕਦੇ ਹੋ ਇਹ ਤਰੰਗਾ ਆ ਜਿਹੜਾ ਨਾਲ ਇਹਦੇ ਬੋਲ ਰਿਹਾ ਨਾ ਇਹ ਜਿਹੜੇ ਟਾਰਗੇਟ ਕਰਨ ਆਏ ਸੀ ਇਸ ਚੀਜ਼ ਨੂੰ ਇੱਕ ਮਸਲਾ ਬਣਾਉਣਾ ਚਾਹੁੰਦੇ ਸੀ ਵੱਡਾ ਤਾਂ ਕਿ ਜਿਹੜੀ ਸਿੱਖ ਕਮਿਊਨਿਟੀ ਆ ਇਹਨੂੰ ਬਦਨਾਮ ਕੀਤਾ ਜਾ ਸਕੇ ਜਿਹੜਾ ਤੁਸੀਂ ਇਲੈਕਸ਼ਨਾਂ ਲਈ ਕਰ ਰਹੇ ਹੋ ਜਿਹੜੇ 2024 ਦੇ ਇਲੈਕਸ਼ਨ ਆ ਰਹੇ ਕਿਉਂਕਿ ਤੁਹਾਡੇ ਕੋਲੇ ਨਾ ਇਸ ਵਾਰ ਮੁੱਦੇ ਨਹੀਂ ਬਚੇ ਜਿਵੇਂ ਰਾਮ ਮੰਦਰ ਦਾ ਮੁੱਦਾ ਠਾਕੇ ਤੁਸੀਂ ਦੋ ਵਾਰ ਚੋਣਾ ਜਿੱਤੀਆਂ ਠੀਕ ਹੈ ਇਸ ਵਾਰ ਤੁਸੀਂ ਪੰਜਾਬ ਨੂੰ ਮੁੱਦਾ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾਇਆ ਵੀ ਆ ਜਿਹੜਾ ਅਮਰੀਕਾ ਚ ਘਟਨਾ ਵਾਪਰੀ ਹੈ ਚਲੋ ਉਸ ਘਟਨਾ ਨੂੰ ਅਸੀਂ ਵੀ ਗਲਤ ਮੰਨਦੇ ਆ ਠੀਕ ਆ ਤਰੰਗੇ ਵਾਲੀ ਪਰ ਉਸ ਚੀਜ਼ ਨੂੰ ਤੁਸੀਂ ਟਾਰਗੇਟ ਬਣਾ ਕੇ ਨੈਸ਼ਨਲ ਮੀਡੀਆ ਨੇ ਖੂਬ ਭੰਡਿਆ ਪਰ ਜਿਹੜੀ ਇਹ ਗੰਦ ਸੀ ਨਾ ਤੁਸੀਂ ਦੇਖ ਸਕਦੇ ਹੋ ਵੀ ਇਹ ਤਰੰਗਾ ਬਾਅਦ ਚ ਬਣਾ ਕੇ ਆਈ ਆ ਉਹ ਤਾਂ ਕਿ ਤੇ ਤੁਸੀਂ ਕੀ ਕੀਤਾ ਟਵਿੱਟਰ ਭਰ ਤੇ ਰਾਤੋਂ ਰਾਤ ਫਲਾਨਾ ਕਰਤਾ ਜੀ ਢਿਉਂਕਾ ਕਰਤਾ ਜੀ ਐਸ ਕਰਕੇ ਨਾ ਜਿੰਨਾ ਚਿਰ ਕਿਸੇ ਚੀਜ਼ ਦਾ ਪੂਰਾ ਗਿਆਨ ਨਾ ਹੋਵੇ ਉਹਦੇ ਤੇ ਭਾਸ਼ਣ ਨਾ ਝਾੜਿਆ ਕਰੋ ਆ ਸਾਡੇ ਸਿੱਖਾਂ ਨੂੰ ਵੀ ਮੈਂ ਕਹਿਣਾ ਚਾਹਣਾ ਜਿਹੜੇ ਕਹਿੰਦੇ ਜੀ ਦਰਬਾਰ ਸਾਹਿਬ ਗਲਤ ਹੋ ਗਿਆ ਸਾਡੇ ਪ੍ਰਧਾਨ ਵੀ ਇਹ ਬਿਆਨ ਦੇ ਗਏ ਯਾਰ ਕਾਦਾ ਗਲਤ ਹੋਇਆ ਜਸਟਾ ਮਨੇ ਰੋਕਿਆ ਕੈਪਰੀ ਤੋਂ ਰੋਕਿਆ ਗਿਆ ਸੀ ਤਰੰਗਾ ਉਸ ਟਾਈਮ ਉਹਦੀ ਗੱਲ ਤੇ ਕੋਈ ਨਹੀਂ ਸੀ ਬਣਿਆ ਉਹ ਬਾਅਦ ਚ ਬਣਾ ਕੇ ਆਈ ਹੈ ਚਲੋ ਜੇ ਤੁਹਾਡੀ ਗੱਲ ਨੂੰ 2 ਮਿੰਟ ਲਈ ਮੰਨ ਲੈਨੇ ਆ ਕਿ ਤਰੰਗਾ ਚਲੋ ਉਹਦੀ ਗੱਲ ਤੇ ਬਣਿਆ ਸੀ ਉਸੇ ਲਈ ਰੋਕਿਆ ਗਿਆ ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕੋਈ ਵੀ ਪੋਲੀਟੀਕਲ ਕੋਈ ਵੀ ਪੋਲੀਟੀਕਲ ਉੱਥੇ ਨਹੀਂ ਜਾ ਸਕਦਾ ਕੋਈ ਵੀ ਪੋਲੀਟੀਕਲ ਸਿੰਬਲ ਉੱਥੇ ਨਹੀਂ ਜਾ ਸਕਦਾ ਚਾਹੇ ਭਾਰਤ ਦਾ ਨਿਸ਼ਾਨ ਚੈਨ ਕਿਉਂ ਨਹੀਂ ਆ ਜਸਟ ਐਮ ਭਾਰਤ ਮੁਗਲਾਂ ਦੇ ਅੰਡਰ ਚ ਸੀ ਨਾ ਉਹਨਾਂ ਦਾ ਵੀ ਇੱਕ ਨਿਸ਼ਾਨ ਸੀ ਉਹਨਾਂ ਦਾ ਵੀ ਇੱਕ ਝੰਡਾ ਸੀ ਪਰ ਜਦੋਂ ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਆਏ ਸੀ ਨਾ ਗੋਇੰਦਵਾਲ ਉਹ ਵੀ ਆਪਣਾ ਝੰਡਾ ਨਾਲ ਨਹੀਂ ਸੀ ਲੈ ਕੇ ਆਏ ਕੋਈ ਝੰਡੇ ਦੀ ਅਥਾਰਟੀ ਨਹੀਂ ਆ ਲੈ ਕੇ ਜਾਣਾ ਚਾਹੀਓ ਦੇਸ਼ਦਾਰ ਝੰਡਾ ਕਿਉਂਕਿ ਉਹ ਇੱਕ ਧਾਰਮਿਕ ਸਥਾਨ ਆ ਉੱਥੇ ਸਿਰਫ ਇੱਕ ਨਿਸ਼ਾਨ ਸਾਹਿਬ ਝੂਲਦਾ ਤੇ ਨਿਸ਼ਾਨ ਸਾਹਿਬ ਸਾਰੇ ਜਗਤ ਦਾ ਸਾਂਝਾ ਉਹ ਕੱਲੇ ਭਾਰਤ ਚ ਨਹੀਂ ਝੂਲਦਾ ਹਰ ਇੱਕ ਦੇਸ਼ ਚ ਗੁਰਦੁਆਰਾ ਬਣਿਆ ਹਰ ਇੱਕ ਦੇਸ਼ ਚ ਸੋ ਇਸ ਕਰਕੇ ਇਸ ਚੀਜ਼ ਨੂੰ ਇੰਨਾ ਇਸ਼ੂ ਨਾ ਬਣਾਓ ਤੁਸੀਂ ਕਿ ਇੱਕ ਚੀਜ਼ ਨੂੰ ਤੁਸੀਂ ਟਾਰਗੇਟ ਕਰਨ ਲੱਗ ਗਏ ਤੁਸੀਂ ਨਾ ਕੇਰਾ ਹੀ ਰਵਨੀਸ਼ ਕੁਮਾਰ ਪੱਤਰਕਾਰ ਬਣ ਜਾਂਦੇ ਹੋ ਲੱਗ ਜਾਂਦੇ ਹੋ ਆਪ ਦਾ ਆਪ ਦਾ ਗਿਆਨ ਝਾੜਨਾ ਫੇਸਬੁੱਕਾਂ ਤੇ ਕਮੈਂਟ ਕਰਨ ਪਹਿਲਾਂ ਪੂਰੀ ਡਿਟੇਲ ਸਮਝ ਲਿਆ ਕਰੋ ਕਿ ਗੱਲ ਹੈ ਕੀ ਆ